ਹਾਂਜੀ, ਅਸੀਂ ਬੈਠੇ ਹਾਂ ਇਸ ਟਾਈਮ ਕੋਕਸ਼ਰ। ਕੋਕਸ਼ਰ ਤੋਂ ਅੱਗੇ ਅਸੀਂ ਜਾਣਾ ਸੀਗਾ ਰੋਹਤਾਂਗ। ਵੈਸੇ ਰੋਹਤਾਂਗ ਜਾਣ ਦਾ ਕੋਈ ਸਾਡਾ ਪਹਿਲਾਂ ਆਈਡੀਆ ਹੈ ਨਹੀਂ ਸੀ, ਕੋਈ ਪਲੈਨਿੰਗ ਹੈ ਨਹੀਂ ਸੀਗੀ ਵੀ ਰੋਹਤਾਂਗ ਜਾ ਆਵਾਂਗੇ। ਦੋ ਬੱਚੇ ਸੀਗੇ ਨਾਲ, ਕਹਿੰਦੇ ਰੋਹਤਾਂਗ ਜਾਣਾ, ਪਰ ਸਾਨੂੰ ਜਾਣ ਨਹੀਂ ਦਿੱਤਾ ਕਿਉਂਕਿ ਅਸੀਂ ਰੋਹਤਾਂਗ ਦਾ ਪਾਸ ਨਹੀਂ ਸੀ ਲਿਆ ਹੈਗਾ। ਕੋਕਸਰ ਦਾ ਜਿਹੜਾ ਏਰੀਆ ਸੀ ਮੈਨੂੰ ਪਹਿਲਾਂ ਤੋਂ ਸਾਰਿਆਂ ਤੋਂ ਬੈਸਟ ਲੱਗਦਾ, ਇੱਥੇ ਟ੍ਰੈਫਿਕ ਘੱਟ ਹੁੰਦੀ ਆ, ਮੌਸਮ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ, ਇੱਥੇ ਸਨੋਅ ਵੀ ਹੁੰਦੀ ਆ ਰਸਤੇ 'ਚ ਪਰ ਘੱਟ ਹੁੰਦੀ ਆ ਕਿਉਂਕਿ ਹੁਣ ਜੂਨ ਦਾ ਮਹੀਨਾ ਚੱਲ ਰਿਹਾ। ਅਪ੍ਰੈਲ 'ਚ ਕਾਫੀ ਜ਼ਿਆਦਾ ਸਨੋਅ ਹੁੰਦੀ ਆ, ਸਾਨੂੰ ਆ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਅਕਸਰ ਸਾਨੂੰ ਸਨੋਅ ਮਿਲ ਜਾਂਦੀ ਆ। ਬੈਠੀਆਂ ਜੀ ਹੁਣ ਇੱਥੇ ਦਾ ਤੁਹਾਨੂੰ ਵਿਊ ਦਿਖਾ ਦਿੰਦੇ ਹਾਂ। ਠੰਡ ਤਾਂ ਦੱਸ ਹੀ ਨਹੀਂ ਸਕਦੀ ਜੀ ਇਸ ਟਾਈਮ ਕਿੰਨੀ ਕੁ ਹੈ, ਬਹੁਤ ਨਜਾਇਜ਼ ਠੰਡੀ ਹਵਾ ਚੱਲ ਰਹੀ ਆ।